ਕਹਿੰਦੇ ਅੱਖ ਨੂੰ ਸੂਈ ਲੱਗ ਗਈ ਸੀ। ਡਾਕਟਰ ਨੇ ਜਵਾਬ ਦਿੱਤਾ ਅੱਖ ਖਰਾਬ ਹੋ ਗਈ ਤੇ ਡਾਕਟਰ ਨੇ ਕਿਹਾ ਪੂਰੇ ਦਿਮਾਗ 'ਚ ਪੀਕ ਪੈ ਗਈ ਇਹਦੇ ਤੇ ਇਹ ਦਰੁਸਤ ਨਹੀਂ ਹੋਣਾ ਤੇ ਮੈਂ ਆਪਣੇ ਮੁਰਸ਼ਦ ਦੇ ਆਸਥਾਨੇ ਲੈ ਕੇ ਆਈ ਹਾਂ ਤੇ ਇਹਨਾਂ ਨੇ ਹੱਥ ਚੁੱਕ ਕੇ ਦੁਆ ਮੰਗੀ ਹੈ ਤੇ ਇਨਸ਼ਾਅੱਲਾ ਮੇਰਾ ਪੁੱਤਰ ਅੱਜ ਮਾਸ਼ਾਅੱਲਾ ਤੰਦਰੁਸਤ ਹੋ ਗਿਆ। ਅੱਖ ਦਾ ਨੂਰ ਚੋ ਗਿਆ ਸੀ ਲੇਕਿਨ ਅੱਖ ਤੰਦਰੁਸਤ ਹੋ ਗਈ ਹੁਣ ਅਸੀਂ ਜਿੰਦੇ ਵੀ ਮੁਰਸ਼ਦ ਕਵਾਂਗੇ ਤੇ ਮਰ ਕੇ ਵੀ ਮੁਰਸ਼ਦ ਕਵਾਂਗੇ। मेरी हालत ये थी कि ना कोई काम करना बस आवारगी एक एक बेटा था लेकिन मैं अपने सरकार साहब की खिदमत में हाजिर हुआ। मेरे सरकार जी ने सिर्फ आपकी निगाह रहमत हुई कोई अर्ज नहीं की सिर्फ आपकी निगाह रहमत हुई और आज आपके सामने ये आपका गुलाम हाजिर है मेरे अक्का कोई मुझ में अब ऐब नहीं आपकी निगाह रहमत से वालदैन की खिदमत करने वाला हूँ।